ਅਸੀਂ ਚਾਈਨਾ ਗਏ ਸੀ ਬੀਜਿੰਗ 'ਚ ਖੇਡਣ ਅਤੇ ਮਤਲਬ ਪ੍ਰੈਕਟਿਸ ਤਾਂ ਬਹੁਤ ਸੀ, 3 ਕੈਂਪ ਲੱਗੇ ਨੇ 15-15 ਦਿਨਾਂ ਦੇ, ਅਤੇ ਬਾਕੀ ਮੈਚ ਵੀ ਟਫ ਸੀ। ਕਿੰਨੀ ਤੁਹਾਡੀ ਉੱਥੇ ਗੇਮਸ ਹੋਈਆਂ ਅਤੇ ਕਿਹੜਾ ਮੈਡਲ ਤੁਸੀਂ ਲੈ ਕੇ ਆਏ? ਸਾਡੇ ਕੁੱਲ ਮਿਲਾ ਕੇ 5 ਟੀਮਾਂ ਸੀ। ਪਹਿਲਾਂ ਤਾਂ ਲੀਗ ਚੱਲੀ, ਹਰ ਇੱਕ ਟੀਮ ਨਾਲ ਇੱਕ ਇੱਕ ਮੈਚ ਹੋਇਆ, ਫਿਰ ਜਿਹੜੀਆਂ ਟੌਪ 4 ਟੀਮਾਂ ਆਈਆਂ ਸੀ ਉਹਨਾਂ ਦੇ ਸੈਮੀਫਾਈਨਲ ਅਤੇ ਫਾਈਨਲ ਹੋਏ ਸੀ। ਅਤੇ ਕਿਵੇਂ ਲੱਗਿਆ ਤੁਹਾਨੂੰ ਪੂਰੇ, ਜੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਬੰਧ ਵਗੈਰਾ ਸਭ ਠੀਕ? ਹਾਂਜੀ, ਪ੍ਰਬੰਧ ਬਹੁਤ ਸਹੀ ਸੀ, ਸਭ ਕੁਛ ਟਾਈਮ ਅਨੁਸਾਰ ਮਿਲਦਾ ਸੀ, ਜੋ ਸਾਨੂੰ ਚਾਹੀਦਾ ਸੀ। ਅਤੇ ਹੁਣ ਅੱਗੇ ਦੀ ਤਿਆਰੀ ਕਿਵੇਂ ਦੀ ਰਹੇਗੀ ਤੁਹਾਡੀ? ਇੱਥੇ ਹੀ ਕਰੋਗੇ ਜਾਂ ਫਿਰ ਅੱਗੇ ਨੈਕਸਟ ਲੈਵਲ ਕੋਈ ਰਹੇਗਾ ਤੁਹਾਡਾ? ਹੁਣ ਸਰ ਅਗਲੇ ਸਾਲ ਵਰਲਡ ਚੈਂਪੀਅਨਸ਼ਿਪ ਹੈ, ਉਹਦੇ ਲਈ ਤਿਆਰੀ ਕਰਾਂਗੇ ਵੀ ਉਹ ਵੀ ਖੇਡੀਏ ਅਤੇ ਉਹਦੇ ਵਿੱਚ ਵੀ ਮੈਡਲ ਪ੍ਰਾਪਤ ਕਰੀਏ। ਅਸੀਂ ਬੀਜਿੰਗ ਗਏ ਸੀਗੇ ਚਾਈਨਾ, ਸਾਡਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਅਤੇ ਬਾਕੀ ਅਸੀਂ ਬਹੁਤ ਹਾਰਡ ਪ੍ਰੈਕਟਿਸ ਕੀਤੀ ਸੀਗੀ ਅਤੇ ਸਾਡਾ ਬ੍ਰੌਂਚ ਮੈਡਲ ਮਤਲਬ ਅਸੀਂ ਪ੍ਰਾਪਤ ਕੀਤਾ। ਕਿੰਨੇ ਬੱਚੇ ਸੀ? ਅਸੀਂ ਟੋਟਲ 12 ਕੁੜੀਆਂ ਸੀਗੀਆਂ ਇੱਕ ਟੀਮ 'ਚ। ਕੋਚ ਦਾ ਕਿਹੋ ਜਿਹਾ ਸਾਥ ਮਿਲ ਰਿਹਾ? ਕੋਚ ਦਾ ਸਾਨੂੰ ਬਹੁਤ ਵਧੀਆ ਸਾਥ ਮਿਲਿਆ, ਇਸ ਕਰਕੇ ਮਤਲਬ ਤੁਹਾਡੇ ਸਾਹਮਣੇ ਸਾਡਾ ਮੈਡਲ ਆਇਆ, ਸਾਨੂੰ ਬਹੁਤ ਉਹਨਾਂ ਨੇ ਹਾਰਡ ਪ੍ਰੈਕਟਿਸ ਕਰਵਾਈ ਹੈ। ਹਾਂਜੀ, ਏਸ਼ੀਅਨ ਖੇਲ ਅੱਗੇ ਦਾ ਕੀ ਟੀਚ ਹੈ? ਅੱਗੇ ਨੈਕਸਟ ਈਅਰ ਸਾਡੇ ਮਤਲਬ ਇਟਲੀ ਮਤਲਬ ਵਰਲਡ ਹੋ ਰਿਹਾ ਤਾਂ ਉਹਦੀ ਪ੍ਰੈਕਟਿਸ ਕਰਾਂਗੇ ਨਵਦੀਪ ਸਰ ਕੋਲ, ਤਾਂ ਬਸ ਉਹਦੀ ਹਾਰਡ ਪ੍ਰੈਕਟਿਸ ਕਰਾਂਗੇ ਤਾਂ ਕਿ ਸਾਨੂੰ ਮਤਲਬ ਮੈਡਲ ਮਿਲੇ, ਤਾਂ ਕਿ ਅਸੀਂ ਗੋਲਡ ਲੈ ਸਕੀਏ। ਮੇਰਾ ਮਤਲਬ ਸਾਰੇ ਗਰਲਸ ਬੋਇਜ਼ ਨੂੰ ਇਹੀ ਮੈਸੇਜ ਹੈ ਕਿ ਸਪੋਰਟਸ ਮਤਲਬ ਹਰ ਇੱਕ ਨੂੰ ਜੁਆਇਨ ਕਰਨੀ ਚਾਹੀਦੀ ਹੈ ਤਾਂ ਕਿ ਤੁਸੀਂ ਨਸ਼ਿਆਂ ਤੋਂ ਦੂਰ ਰਹੋ। ਤੁਸੀਂ ਗਰਾਊਂਡ 'ਚ ਆਉਂਗੇ ਤੁਹਾਡਾ ਹੋਰ ਚੀਜ਼ਾਂ ਕਰਨੀ ਮਾਇੰਡ ਮਤਲਬ ਘੱਟ ਜਾਂਦਾ, ਤੁਹਾਡਾ ਮਾਇੰਡ ਹਮੇਸ਼ਾ ਗਰਾਊਂਡ 'ਚ ਰਹੂਗਾ। ਸੋ ਮੇਰਾ ਇਹੀ ਮੈਸੇਜ ਹੈ ਹਰ ਕੁੜੀ ਅਤੇ ਮੁੰਡੇ ਨੂੰ ਸਪੋਰਟਸ ਕਰਨੀ ਚਾਹੀਦੀ ਹੈ। ਔਰ ਠੀਕ ਹੈ ਜੀ, ਮਾਤਾ ਪਿਤਾ ਸਾਡਾ ਰਿਹਾ, ਪਰ ਇਹਦੀ ਮਿਹਨਤ ਬਹੁਤ ਜ਼ਿਆਦਾ, ਇਹਨੂੰ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਲਗਨ ਸੀ ਬਚਪਨ ਤੋਂ, ਇਹਦਾ ਸੁਪਨਾ ਸੀ ਵੀ ਮੈਂ ਵਰਲਡ ਕੱਪ ਨੈਸ਼ਨਲ ਖੇਡ ਕੇ ਆਵਾਂ ਅਤੇ ਅੱਜ ਉੱਥੇ ਮੁਕਾਮ 'ਤੇ ਪਹੁੰਚਿਆ। ਇਹਦੀ ਵਿਚਾਰੀ ਦੀ ਇਹਦੀ ਮਿਹਨਤ ਹੈ ਬਹੁਤ ਜ਼ਿਆਦਾ। ਬਾਕੀ ਇਹਦੇ ਨਵਦੀਪ ਸਿੰਘ ਕੋਚ ਸਰ ਨੇ ਜੋ ਇਹਨੂੰ ਪਹਿਲੀ ਵਾਰ ਫਸਟ ਟਾਈਮ ਸਿਲੈਕਟ ਕਰਕੇ ਲੈ ਕੇ ਆਏ ਸੀਗੇ ਵੀ ਇਹ ਪਲੇਅਰ ਮੈਨੇ ਸਿਲੈਕਟ ਕਰਨਾ ਹੈ ਅਤੇ ਉਹ ਇਹਨੂੰ ਲੈ ਕੇ ਆਏ, ਉਹਦੀ ਦਿਸ਼ਾ ਉਹਨਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਹੀ ਇਹ ਉਸ ਮੁਕਾਮ ਤੱਕ ਪਹੁੰਚਿਆ ਕਿ ਅੱਜ ਇਹਨੇ ਆਪਣਾ ਸ਼ਹਿਰ ਦਾ, ਆਪਣੇ ਕੋਚ ਸਰ ਦਾ ਅਤੇ ਆਪਣੇ ਦੇਸ਼ ਦਾ ਨਾਮ ਉੱਚਾ ਕੀਤਾ ਹੈ ਅਤੇ ਬੈਸਟ ਸਕੋਰਰ ਵੀ ਰਿਹਾ ਏਸ਼ੀਆ 'ਚ ਇਹ, ਅਤੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ। ਕਿੰਨੀ ਕੁ ਖੁਸ਼ੀ ਹੋਈ ਜਦੋਂ ਕਾਲ ਆਈ ਜਾਂ ਤੁਹਾਨੂੰ ਪਤਾ ਲੱਗਿਆ ਕਿ ਬੇਟਾ ਜਿਹੜਾ? ਮੈਂ ਕਹਿੰਦੀ ਜਿਵੇਂ ਆਪਾਂ ਕਹਿੰਦੇ ਨਹੀਂ, ਸਾਡੀ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਰਿਹਾ ਵੀ ਇਹਨੇ ਆਪਣੇ ਕੋਚ ਸਰ ਦਾ ਅਤੇ ਸਾਡੇ ਸੰਗਰੂਰ ਸ਼ਹਿਰ ਦਾ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ, ਸਾਨੂੰ ਇਸ 'ਤੇ ਬਹੁਤ ਮਾਣ ਹੈ। ਬਹੁਤ ਜ਼ਿਆਦਾ ਮਿਹਨਤ ਲੱਗੀ, ਬਹੁਤ ਟਫ ਟਾਈਮ ਵੀ ਦੇਖਿਆ ਸੀ। ਨੈਸ਼ਨਲ ਲਈ ਜਿਵੇਂ ਅਸੀਂ ਬਹੁਤ ਪ੍ਰੈਕਟਿਸ ਕਰਦੇ ਸੀ ਉਹ 'ਚ ਵੀ ਅਸੀਂ ਗੋਲਡ ਕੱਢਿਆ, ਹੁਣ ਏਸ਼ੀਅਨ ਲਈ ਜਿਵੇਂ 3 ਕੈਂਪ ਲੱਗੇ ਸੀ ਸਾਡੇ, 3 ਕੈਂਪ 'ਚ ਅਸੀਂ ਵਧੀਆ ਖੇਲੇ ਅਤੇ ਇਸ ਮੁਕਾਮ ਤੱਕ ਪਹੁੰਚ ਕੇ ਅਸੀਂ ਸਿਲਵਰ ਮੈਡਲ ਲੈ ਕੇ ਆਏ ਅਤੇ ਇਹ ਸਾਰਾ ਕੁਝ ਨਵਦੀਪ ਸਰ ਕਰਕੇ ਹੋਇਆ, ਸਾਡੇ ਬਹੁਤ ਵਧੀਆ ਕੋਚ ਨੇ। ਅੱਗੇ ਦੀ ਹੁਣ ਤੁਹਾਡੀ ਫਿਊਚਰ ਪਲੈਨਿੰਗ ਦੀ? ਨੈਕਸਟ ਈਅਰ ਵਰਲਡ ਚੈਂਪੀਅਨਸ਼ਿਪ ਹੈ ਅਤੇ ਉੱਥੇ ਅਸੀਂ ਪਾਰਟੀਸਪੇਟ ਕਰਨਾ ਚਾਹੁੰਦੇ ਹਾਂ, ਤਾਂ ਉਸ ਲਈ ਅਸੀਂ 1 ਸਾਲ ਪੂਰਾ ਪ੍ਰੈਕਟਿਸ ਕਰਾਂਗੇ, ਪੂਰੀ ਹਾਰਡ ਪ੍ਰੈਕਟਿਸ, ਤਾਂ ਜੋ ਅਸੀਂ ਉੱਥੇ ਵੀ ਮੈਡਲ ਜਿੱਤ ਸਕੀਏ। ਅੱਜ ਜਿਹੜੀਆਂ ਏਸ਼ੀਅਨ ਰੋਲਰ ਸਕੇਟਿੰਗ ਦੇ ਵਿੱਚ ਸਾਡੇ ਸੰਗਰੂਰ ਦੇ ਜਿਹੜੇ 10 ਜਿਹੜੇ ਮੈਂ ਕਹੂੰਗੀ ਹੀਰੇ ਨੇ, ਜਿਹੜੇ ਤਰਾਸੇ ਨੇ ਸਾਡੇ ਕੋਚ ਸਾਹਿਬ ਸਾਡੇ, ਔਰ DSO ਨੇ ਨਵਦੀਪ ਜੀ, ਜਿਨ੍ਹਾਂ ਦੀ ਮਿਹਨਤ ਦੇ ਨਾਲ ਔਰ ਜਿਨ੍ਹਾਂ ਦੇ ਪੇਰੈਂਟਸ ਦੀ ਮਿਹਨਤ ਦੇ ਨਾਲ ਅੱਜ ਸਾਡੇ 10 ਬੱਚੇ ਨੇ ਜਿਹੜੇ ਉਹ ਏਸ਼ੀਅਨ ਗੇਮਸ ਦੇ ਵਿੱਚ ਜਿਹੜਾ ਸਿਲਵਰ ਮੈਡਲ ਅਤੇ ਬਰਾਊਨ ਮੈਡਲ ਜਿਹੜੇ ਲੈ ਕੇ ਆਏ ਨੇ। ਸੋ ਸਾਡੇ ਲਈ, ਪੂਰੇ ਸੰਗਰੂਰ ਦੇ ਲਈ, ਪੂਰੇ ਪੰਜਾਬ ਦੇ ਲਈ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਔਰ ਅਸੀਂ ਅੱਜ ਇਹਨਾਂ ਦੀ ਜਿਹੜੀ ਹੌਸਲਾ ਅਫਜ਼ਾਈ ਦੇ ਲਈ, ਇਹਨਾਂ ਦੇ ਸਵਾਗਤ ਦੇ ਲਈ ਅੱਜ ਅਸੀਂ ਸਾਰੇ ਜਿਹੜੇ ਬਤੌਰ ਹਲਕਾ ਵਿਧਾਇਕ ਔਰ ਅਸੀਂ ਸਾਰੇ ਇਹਨਾਂ ਦੇ ਪੇਰੈਂਟਸ ਔਰ ਇਲਾਕੇ ਦੇ ਜਿਹੜੇ ਲੋਕ ਨੇ, ਇਹਨਾਂ ਦਾ ਸਵਾਗਤ ਲਈ ਜਿਹੜੇ ਅਸੀਂ ਇਕੱਠੇ ਹੋਏ ਸੀਗੇ। ਸੋ ਬਹੁਤ ਖੁਸ਼ੀ ਦੀ ਗੱਲ ਹੈ ਔਰ ਇਹਨਾਂ ਨੂੰ ਹਰ ਪੱਖੋਂ ਜਿਹੜੀ ਸਪੋਰਟ ਹੈ ਜਿਹੜੀ ਸਾਡੇ ਵੱਲੋਂ ਜਿਹੜੀ ਮਿਲਦੀ ਰਹੂਗੀ। ਜਿਹੜਾ ਪਲੇਅਰਸ ਦੀ ਪ੍ਰਤਿਭਾ ਨੂੰ ਲੱਭਣਾ ਔਰ ਉਹਨੂੰ ਗਰਾਊਂਡ 'ਚ ਉਤਾਰਨਾ ਅਤੇ ਉਹਦੇ ਉੱਤੋਂ ਆਊਟਪੁੱਟ ਲੈਣੀ, ਇਹ ਬਹੁਤ ਵੱਡਾ ਕੰਮ ਹੈ। ਇੱਕ ਸਾਈਕੋਲੋਜਿਸਟ ਦਾ ਵੀ ਕੰਮ ਹੁੰਦਾ ਨਾਲ, ਇੱਕ ਕੋਚ ਜਿਹੜਾ ਹੈ ਉਹਨੂੰ ਨਾਲ ਐਜ਼ ਅ ਬਤੌਰ ਸਾਈਕੋਲੋਜਿਸਟ ਕੰਮ ਕਰਨਾ ਪੈਂਦਾ, ਉਹਦੇ ਬੱਚੇ ਦੇ ਮੈਂਟਲ ਲੈਵਲ ਨੂੰ ਪੜ੍ਹਨਾ ਪੈਂਦਾ। ਅਤੇ ਸਾਨੂੰ ਬਹੁਤ ਖੁਸ਼ੀ ਹੋਈ ਅੱਜ ਵੀ ਇਹਨਾਂ
इन्हां बच्चों नूं हौसला अफजाई करन लई ते इन्हां नूं इन्हां दे स्वागत लई मैम ने खुद टाइम दिता ते बहुत ही जदों इन्हां नूं पता चलिया सवेरे भी हाँ बच्चे अज पहुँच रहे ने संगरूर दे प्लेयर्स ने तां मैम ने सवेरे ही कहा भी मैं जरूर आवांगी ते इन्हां बच्चों नूं जरूर थापी दे के जावांगी ते नैक्सट मंथ जी साडी नैशनल होनी है नैशनल चैंपियनशिप होनी है उहदे विच भी इह बच्चे ने जिहड़े उह अपनियां मल्लां मारनगे ते अपनी जिहड़ा गेम दा हुनर है उह पूरे इंडिया दे विच शो करनगे अपनी गेम नूं ते असी आस करते हाँ तो सानू पूरा माण है इस गल का भी असी पिछले साल भी सारिया टीम साढ़िया 6 गोल्ड लेके आईया सी और इस बार भी असी वो तो वह 7 टीम ने जिहड़ियां वो गोल्ड लेके आईया।